ਕੀ ਮਸਲਾ ਸੀਗਾ ਜੀ? ਇਹ ਮਸਲਾ ਹੈ ਕਿ ਜਿਹੜਾ ਸਾਡੇ ਨੰਦ ਲਾਲ ਵੱਲੋਂ ਦੋ ਪਰਚੇ ਦਰਜ ਹੋਏ ਤੇ ਮੇਰੇ ਤੇ ਮੇਰੇ ਬੇਟਿਆਂ ਕੀਰਖਾਨੇ ਦੇ ਨਾਲ ਜਿਹੜਾ ਸਾਡੇ ਜੂਨੀਅਰ ਦੇ ਨਾਲ ਜਿਹੜਾ ਇਹ ਸਮਝੌਤੇ ਹੋਏ ਤੇ ਸਾਡਾ ਮਹੀਨਾ ਹੋ ਗਿਆ, ਇੱਕ ਮਹੀਨਾ ਹੋ ਗਿਆ। ਉਸ ਤੋਂ ਬਾਅਦ ਇਹ ਸਾਰੇ ਕਾਗਜ਼ ਸਮਝੌਤਿਆਂ ਦੇ ਜੱਜ ਸਾਹਿਬ ਤੱਕ ਪਹੁੰਚ ਗਏ, ਇੱਕ ਮਹੀਨਾ ਹੋ ਗਿਆ। ਉਸ ਤੋਂ ਬਾਅਦ ਵਕੀਲਾਂ ਕੋਲ ਪਹੁੰਚ ਗਏ, ਅਫਸਰਾਂ ਕੋਲ ਪਹੁੰਚ ਗਏ। ਉਸ ਤੋਂ ਬਾਅਦ 13 ਤਰੀਕ ਨੂੰ 11 ਤਰੀਕ ਨੂੰ ਸਾਨੂੰ ਮੈਨੂੰ ਮੇਰੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ, 11 ਦਿਨ ਜੇਲ੍ਹ 'ਚ ਰੱਖਿਆ ਗਿਆ। ਉਹ ਬਾਅਦ 'ਚ ਸਾਨੂੰ ਜੇਲ੍ਹ 'ਚੋਂ ਆ ਕੇ ਖੁਲਾਸਾ ਹੋਇਆ ਵੀ ਜਿਹੜਾ ਕ੍ਰਿਸ਼ਨਾ ਕੌਂਡਿਟ ਵਾਲੇ ਹੈਗੇ ਪ੍ਰਤਾਪ ਚੌਧਰੀ, ਉਹਨਾਂ ਨਾਲ ਇੱਥੇ ਜਮਾਈ ਅਤੇ ਜੱਜ ਹੈ, ਉਹਨਾਂ ਨਾਲ ਮਿਲ ਕੇ ਸਾਜ਼ਿਸ਼ ਰਚਾ ਕੇ ਨਜਾਇਜ਼ ਤੌਰ 'ਤੇ ਮੈਨੂੰ 11 ਦਿਨ ਜੇਲ੍ਹ 'ਚ ਰੱਖਿਆ ਗਿਆ। ਕੋਈ ਚੌਧਰੀ ਦਾ ਇੱਥੇ ਉਹਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਸੀ, ਮੈਂ ਸਿਰਫ ਉਹਦੇ ਧੱਕਾਸ਼ਾਹੀ ਦੇ ਖਿਲਾਫ ਲੜੀ ਸੀ ਵੀ ਇਹਦਾ ਪਲਾਟ ਨੂੰ ਦਿੱਤਾ ਜਾਵੇ, ਮੇਰਾ ਕੋਈ ਹੋਰ ਜ਼ੁਲਮ ਨਹੀਂ ਤਾਂ। ਜਦਕਿ ਸਾਡਾ ਤਾਂ ਸਮਝੌਤਾ ਹੋ ਗਿਆ, ਸਾਨੂੰ 11 ਦਿਨ ਜੇਲ੍ਹ 'ਚ ਕਿਉਂ ਰੱਖਿਆ ਗਿਆ? ਹੁਣ ਤੁਸੀਂ ਅੱਗੇ ਕੋਈ ਕਾਰਵਾਈ ਕਰੋਗੇ? ਬਿਲਕੁਲ ਕਰਾਂਗੇ, ਮੈਂ ਸੁਪਰੀਮ ਕੋਰਟ ਤੱਕ ਜਾਊਂਗੀ, ਹਾਈ ਕੋਰਟ ਤੱਕ ਜਾ ਕੇ ਰਿਟ ਵੀ ਪਾ ਰਹੀ ਹਾਂ, ਇਹਨਾਂ ਅਫਸਰਾਂ ਦੇ ਖਿਲਾਫ ਵੀ ਪਾ ਰਹੀ ਹਾਂ, ਜੱਜ ਦੇ ਖਿਲਾਫ ਵੀ ਮੈਂ ਹਾਈ ਕੋਰਟ 'ਚ ਦਰਖਾਸਤ ਦੇ ਰਹੀ ਹਾਂ। ਜਿਹੜੇ ਜੱਜ ਨਾਲ ਮਿਲ ਕੇ ਇਹਨਾਂ ਨੇ 11 ਦਿਨ ਮੈਨੂੰ ਜੇਲ੍ਹ 'ਚ ਭੇਜਿਆ ਗਿਆ। ਕਿੰਨੇ ਦਿਨ ਰੱਖੇ ਤੁਹਾਨੂੰ? 11 ਦਿਨ ਨਜਾਇਜ਼, ਬਿਲਕੁਲ ਨਜਾਇਜ਼ ਮੈਨੂੰ ਜੇਲ੍ਹ 'ਚ ਰੱਖੇ।